ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਇੱਕ ਰਾਜੇ ਨੇ ਸੁੰਦਰ ਬਾਗ ਲਗਵਾਇਆ ਉਸ ਵਿੱਚ ਫੁਆਰੇ ਨਹਿਰਾਂ ਚਲਵਾਈਆਂ ਹਰ ਤਰ੍ਹਾਂ ਦੇ ਬੂਟੇ ਫਲਾਂ ਫੁੱਲਾਂ ਵਾਲੇ ਲਵਾਏ ਤੇ ਵਿੱਚ ਇੱਕ ਸੱਤ ਛੱਤ ਵਾਲਾ ਮਕਾਨ ਬਣਾਇਆ ਉਹ ਇੰਨਾ ਆਲੀਸ਼ਾਨ ਤੇ ਸੁੰਦਰ ਸੀ ਜੋ ਸਭ ਨੂੰ ਮੋਹਿਤ ਕਰਦਾ ਸੀ ਬਾਗ ਦੇ ਦਰਵਾਜ਼ੇ ਉੱਤੇ ਇੱਕ ਬੋਰਡ ਵੀ ਲਵਾ ਦਿੱਤਾ ਜੇ ਉਸ ਤੇ ਲਿਖ ਦਿੱਤਾ ਕਿ ਜੇ ਕੋਈ ਮਨੁੱਖ ਮੈਨੂੰ ਦਿਨ ਢਲਦੇ ਤੋਂ ਪਹਿਲਾਂ ਲੱਭ ਲਵੇਗਾ ਮੈਂ ਉਸ ਨੂੰ ਆਪਣਾ ਸਾਰਾ ਰਾਜਪਾਟ ਦੇ ਦਵਾਂਗਾ ਪਰ ਨਾਲ ਹੀ ਇਹ ਸ਼ਰਤ ਵੀ ਰੱਖ ਦਿੱਤੀ ਕਿ ਕੋਈ ਮਨੁੱਖ ਬੂਟਿਆਂ ਨੂੰ ਨਾ ਪੁੱਟੇ ਮਕਾਨ ਨੂੰ ਨਾ ਛੇੜੇ ਹੋਰ ਕੋਈ ਚੀਜ਼ ਵੀ ਨਾ ਖਰਾਬ ਕਰੇ ਇਹ ਸਭ ਕੁਝ ਨਾ ਕਰਦਾ ਹੋਇਆ ਮੈਨੂੰ ਲੱਭੇ ਕਈ ਮਨੁੱਖ ਆਏ ਪਰ ਕੋਈ ਫਲਾਂ ਫੁੱਲਾਂ ਵਾਲੇ ਬੂਟਿਆਂ ਵਿੱਚ ਲੱਭੇ ਕਿ ਰਾਜੇ ਲਈ ਇਹੋ ਚੰਗਾ ਸਥਾਨ ਹੈ ਕੋਈ ਆਲੀਸ਼ਾਨ ਮਕਾਨ ਦੀਆਂ ਮੰਜ਼ਿਲਾਂ ਨੂੰ ਫੋਲੇ ਕਿ ਰਾਜੇ ਮਹਿਲਾਂ ਵਿੱਚ ਹੀ ਰਹਾ ਕਰਦੇ ਨੇ ਕੋਈ ਫੁਹਾਰਿਆਂ 'ਚ ਕੋਈ ਨਹਿਰਾਂ ਦੀ ਥਾਂ ਤੇ ਰਾਜੇ ਦੀ ਲੋਕਾਂ ਦੀ ਥਾਂ ਲੱਭੇ ਪਰ ਸਭ ਪਟਕ-ਪਟਕ ਕੇ ਆਪਣਾ ਸਮਾਂ ਪੂਰਾ ਕਰਕੇ ਚਲੇ ਜਾਂਦੇ ਆਖਿਰਕ ਆਦਮੀ ਆਇਆ ਉਸਨੇ ਸਭ ਤੋਂ ਪਹਿਲਾਂ ਮਾਲੀ ਦੀ ਸਹਾਇਤਾ ਲਈ ਮਾਲੀ ਨੇ ਸੁੰਰਾਹੇ ਪਾ ਦਿੱਤਾ ਉਹ ਮਨੁੱਖ ਮਨ ਨੂੰ ਮੋਹਣ ਵਾਲੀਆਂ ਸਾਰੀਆਂ ਨਜ਼ਾਰਿਆਂ ਨੂੰ ਛੱਡ ਕੇ ਇੱਕ ਮਿੱਟੀ ਦੇ ਢੇਰ ਉੱਤੇ ਨਿਗਾਹ ਟਿਕਾਈ ਮਿੱਟੀ ਦਿੱਤਾ ਹੈ ਇੱਕ ਬਾਰੀ ਦਿਖੀ ਉਹ ਬਾਰੀ ਨੂੰ ਜਿੰਦਰਾ ਵੱਜਾ ਹੋਇਆ ਸੀ ਮਾਲੀ ਕੋਲੋਂ ਕੁੰਜੀ ਲੈ ਬਾਰੀ ਖੋਲੀ ਤਾਂ ਅੰਦਰੋਂ ਰਾਜੇ ਨੂੰ ਪ੍ਰਤੱਖ ਰੂਪ ਚ ਪਾ ਲਿਆ ਇਸ ਤਰ੍ਹਾਂ ਤਖਤ ਉੱਤੇ ਜਾ ਬੈਠਾ ਇਸ ਪ੍ਰਕਾਰ ਸੰਸਾਰ ਬਾਗ ਹੈ ਜੋ ਸੰਸਾਰ ਵਿੱਚ ਆਪਾਂ ਰਹਿ ਰਹੇ ਹਾਂ ਉਹ ਬਾਗ ਹੈ ਵਿੱਚ ਵੱਖ-ਵੱਖ ਤਰ੍ਹਾਂ ਦੇ ਵੱਖ-ਵੱਖ ਰੰਗਾਂ ਦੇ ਜੀਵ ਨੇ ਜੋ ਮਾਇਆ ਦੇ ਵਿੱਚ ਅਜ ਮੋਹਿਤ ਹੋਏ ਪਏ ਨੇ ਸਰੀਰ ਮਿੱਟੀ ਦੀ ਢੇਰੀ ਐ ਅੱਜ ਹੋ ਕੀ ਰਿਹਾ ਕਿ ਆਪਾਂ ਆਸ਼ਾ ਅੰਦੇਸ਼ਾਂ ਦੋਵੇਂ ਤਖਤਾਂ ਦੇ ਫਾਟਕਾਂ ਮੋਰੂਪੀ ਕੁੰਡਾ ਲੱਗਿਆ ਹੋਇਆ ਤੇ ਅ ਗਿਆਨ ਰੂਪੀ ਜਿੰਦਰਾ ਵੱਜਾ ਹੋਇਆ ਸਤ ਲੋਕ ਸਤ ਛੱਤਾਂ ਵਾਲੇ ਮਕਾਨ ਆਧ ਹਨ ਗੁਰੂ ਕੁੰਜੀ ਪਾਉਣ ਵਾਲਾ ਉਹ ਸਾਨੂੰ ਕੁੰਜੀ ਦੇਣ ਲਈ ਬੈਠਾ ਪਰ ਆਪਾਂ ਲੈ ਹੀ ਨਹੀਂ ਰਹੇ ਕਿਉਂ ਨਹੀਂ ਲੈ ਰਹੇ ਕਿਉਂਕਿ ਸਾਡੇ ਅੱਖਾਂ ਦੇ ਅੱਗੇ ਤੇ ਅਗਿਆਨਤਾ ਦਾ ਹਨੇਰਾ ਜਿਸ ਦਿਨ ਇਹ ਅਗਿਆਨਤਾ ਦਾ ਹਨੇਰਾ हट ਗਿਆ ਆਪੇ ਸਭ ਕੁਝ ਦੂਰ ਹੋ ਜਾਏਗਾ ਆਪੇ ਸਾਰੇ ਦਾਗ ਖੁੱਲ ਜਾਣਗੇ ਪਰ ਆਪਾਂ ਅੱਜ ਪਟਕਦੇ ਫਿਰਦੇ ਆ ਕਾ ਦੇ ਵਿੱਚ ਦੁਨੀਆ ਦੇ ਮੋਹ ਵਿੱਚ ਅੱਜ ਦੁਨੀਆ ਦੇ ਵੱਖ-ਵੱਖ ਰੰਗਾਂ ਵਿੱਚ ਪਰ ਆਪਾਂ ਆਪਣੇ ਅੰਦਰ ਤਾਂ ਇੱਕ ਝਾਤ ਮਾਰਦੇ ਹੀ ਨਹੀਂ ਵਾਹਿਗੁਰੂ ਤਾਂ ਆਪਣੇ ਅੰਦਰ ਜਿਸ ਦਿਨ ਆਪਣੇ ਅੰਦਰ ਉਹ ਝਾਤ ਮਾਰ ਲਈ ਫਿਰ ਦੇਖਿਓ ਜੇ ਸੁਖ ਪਿੱਛੇ ਆਪਾਂ ਬਾਹਰ ਭੱਜਦੇ ਫਿਰਦੇ ਆ ਉਹ ਸੁਖ ਆਪਾਂ ਨੂੰ ਅੰਦਰੋਂ ਹੀ ਮਿਲ ਜਾਏਗਾ ਉਹ ਸ਼ਾਂਤੀ ਉਹ ਜੋ ਆਪਾਂ ਬਾਹਰ ਲੱਭਦੇ ਫਿਰਨੇ ਆ ਉਹ ਚੀਜ਼ਾਂ ਜੋ ਬਾਹਰੋਂ ਆਪਾਂ ਵੇਖਦੇ ਫਿਰਦੇ ਆ ਉਹ ਆਪਣੇ ਅੰਦਰ ਨੇ ਇੱਕ ਝਾਤ ਅੰਦਰ ਮਾਰੋ ਆਓ ਗੁਰਬਾਣੀ ਨਾਲ ਜੁੜੀਏ ਤੇ ਉਹ ਸੁਖ ਸ਼ਾਂਤੀ ਆਪੇ ਮਿਲ ਜਾਏਗੀ